ਐਮੀ ਵਿਰਕ ਅਤੇ ਤਾਨਿਆ ਸਟਾਰਰ ਮੂਵੀ ਸੁਫਨਾ ਅੱਜ ਸਿਨੇਮਾਘਰ ਆਏ ਰਿਲੀਜ਼ ਹੋ ਚੁੱਕੀ ਹੈ। ਅਤੇ ਦੇਖਦੇ ਹਾਂ ਕਿ ਪਹਿਲੇ ਦਿਨ ਦਰਸ਼ਕਾਂ ਦੇ ਕਿਸ ਤਰ੍ਹਾਂ ਦੇ ਰਿਵਿਊ ਨੇ ਇਸ ਫਿਲਮ ਨੂੰ ਲੈ ਕੇ, ਆਓ ਦੇਖਦੇ ਹਾਂ। ਬਹੁਤ ਵਧੀਆ ਜੀ, ਬਸ ਸਾਡੀ ਐਨੀਵਰਸਰੀ ਹੈ ਜੀ, ਅੱਜ ਇਸੇ ਕਰਕੇ ਅਸੀਂ ਦੇਖਣਾ ਜੀ ਫਿਲਮ ਜੀ। ਠੀਕ, ਵਧੀਆ ਜੀ, ਹਮਾਰੀ ਅੱਜ ਐਨੀਵਰਸਰੀ ਹੈ। ਬਹੁਤ ਵਧੀਆ ਮੂਵੀ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਹਾਂਜੀ, ਬਹੁਤ ਵਧੀਆ ਮੂਵੀ ਹੈ ਜੀ, ਬਹੁਤ ਵਧੀਆ ਸਟੋਰੀ, ਬਹੁਤ ਵਧੀਆ ਸਰ। ਮੈਂ ਪਰਿਵਾਰ ਨਾਲ ਬਹਿ ਕੇ ਦੇਖਣ ਵਾਲੀ ਸਟੋਰੀ ਹੈ ਅਤੇ ਬਹੁਤ ਹੀ ਸ਼ਾਨਦਾਰ ਲੱਗੀ ਸਰ ਮੂਵੀ, ਬਹੁਤ ਵਧੀਆ ਸੀ। ਸਪੀਚਲੈਸ, ਕੋਈ ਵਰਡਸ ਨਹੀਂ ਆ, ਲਵ ਸਟੋਰੀ ਵੀ ਆ, ਫੈਮਲੀ ਵਾਲੀ ਆ, ਵਧੀਆ ਹੈ, ਬਹੁਤ ਵਧੀਆ, ਬਹੁਤ ਵਧੀਆ ਲੱਗੀ। ਨਹੀਂ ਵਧੀਆ, ਇਮੋਸ਼ਨਲ ਆ, ਡਰਾਮਾ ਵੀ ਹੈ, ਇਮੋਸ਼ਨਲ ਆ, ਐਕਸ਼ਨ ਵੀ ਹੈ, ਹਾਸਾ ਵੀ ਹੈ ਮਾੜਾ ਮੋਟਾ। ਨਹੀਂ ਨਹੀਂ ਵਧੀਆ ਸੀਗੀ, ਵੈਸੇ ਯਾਰ ਦੋਸਤ ਇਕੱਠੇ ਹੋ ਕੇ ਦੇਖਣਾ ਹੈ। ਬਹੁਤ ਘੈਂਟ, ਬਹੁਤ ਸੋਹਣੀ, ਬਹੁਤ ਬਣਾਈ ਹੈ ਮੂਵੀ। ਇਟ ਵਾਸ ਕਾਫੀ ਔਸਮ ਥੀ ਐਂਡ ਮੇਰੀ ਫਰਸਟ ਪੰਜਾਬੀ ਮੂਵੀ ਹੈ ਐਂਡ ਆਈ ਲਾਈਕਡ ਇਟ। ਬਹੁਤ ਵਧੀਆ ਸਟੋਰੀ, ਐਮੀ ਵਿਰਕ ਦੀ ਐਕਟਿੰਗ ਬਹੁਤ ਵਧੀਆ ਹੈ ਜੀ। ਐਮੀ ਵਿਰਕ ਦਾ ਵੀ ਕੰਮ ਵਧੀਆ ਸੀ ਅਤੇ ਸਪੈਸ਼ਲੀ ਜਗਜੀਤ ਸਿੰਘ ਦਾ ਬਹੁਤ ਵਧੀਆ ਕੰਮ ਲੱਗਿਆ ਅਤੇ ਤਾਨੀਆ ਦਾ। ਮੂਵੀਜ਼ ਦੇ ਵਿੱਚ ਐਮੀ ਵਿਰਕ ਦਾ ਰੋਲ ਅੱਛਾ ਸੀ। ਐਮੀ ਵਿਰਕ ਵਧੀਆ ਜੀ, ਐਮੀ ਵਿਰਕ ਅਤੇ ਐਕਟਰੈਸ ਵੀ ਵਧੀਆ, ਦੋਨੇ ਹੀ ਵਧੀਆ ਨੇ। ਐਕਟਰੈਸ ਵੀ ਬਹੁਤ ਵਧੀਆ, ਫਸਟ ਟਾਈਮ ਦੇਖਿਆ ਉਹਨਾਂ ਨੂੰ, ਬਹੁਤ ਵਧੀਆ ਨੇ ਦੋਨੋਂ। ਐਕਟਿੰਗ ਐਮੀ ਵਿਰਕ ਅਤੇ ਆਪਣੀ ਜਿਹੜੀ ਐਕਟਰੈਸ ਨਾਲ ਉਹਨਾਂ ਦੀ ਐਕਟਿੰਗ ਵਧੀਆ ਲੱਗੀ, ਬਾਕੀ ਸਾਰੀ ਟੀਮ ਦੀ ਐਕਟਿੰਗ ਬਹੁਤ ਅੱਛੀ ਸਰ। ਐਮੀ ਵਿਰਕ, ਐਮੀ ਦੀ ਵਧੀਆ, ਤਾਨੀਆ ਦੀ ਵੀ ਵਧੀਆ, ਤਾਨੀਆ ਦੀ ਐਕਟਿੰਗ ਸਾਰਿਆਂ ਦੀ ਵਧੀਆ। ਜਿਹੜੀ ਨਵੀਂ ਕੁੜੀ ਦਾ ਨਾਮ ਤਾਂ ਪਤਾ ਨਹੀਂ ਹੋ ਗਿਆ, ਐਮੀ ਵਿਰਕ ਨਾਲ ਜਿਹੜੀ, ਵੈਸੇ ਉਹਦੀ ਵੀ ਐਕਟਿੰਗ ਵਧੀਆ ਸੀਗੀ। ਤਾਨੀਆ ਦੀ ਐਕਟਿੰਗ ਬਹੁਤ ਔਰ ਐਕਟਿੰਗ ਸਭ ਕੀ ਬਹੁਤ ਅੱਛੀ ਸੀ। We enjoyed the movie. 10 to 8 number denne hain ji. 7 5 to 5 9 100 out of 100 10 of out of 10 10 to 10 sir pure 10 panne di vi taniyan nu 10 to 11 de denne hain, emi nu 10 to 9 10 to 9 0.5 ko 9 points dunga. I enjoyed valentine day te release hoyi movie sufna, pehle din darshakan nu kafi pasand aa rahi hai। ਰੋਮਾਂਟਿਕ ਥੀਮ ਦੇ ਉੱਤੇ ਬਣਾਈ ਗਈ ਮੂਵੀ ਸੁਫਨਾ ਦੇ ਵਿੱਚ ਐਮੀ ਵਿਰਕ ਅਤੇ ਤਾਨੀਆ ਦੀ ਐਕਟਿੰਗ ਨੂੰ ਲੋਕ ਕਾਫੀ ਪਸੰਦ ਕਰ ਰਹੇ ਨੇ। ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੂਵੀ ਕਿੰਨੀ ਕੁ ਰਫ਼ਤਾਰ ਫੜਦੀ ਆ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾਲ, ਦੈਨਿਕ ਸਵੇਰਾ ਟੀਵੀ ਲੁਧਿਆਣਾ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to saavdan, specialist Vashikaran satta number, love marriage, pati patni ch anban, videsh ch pakka hona, karobar da na chalna, sirf 31 ghantiyan vich samadhan, free 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 Mia Rafiq Mohammed, mobile 84374 94647 84374 94648।